માયા એવો વ્યવહાર, તું બી માયા લખી માયા દે મગર લગા, અમૃત વેલા બી શક ખુંજ જાય, કુદરત વેલે દા બી શક ચેતા ના આવે, દિહાડી ગુટકા ના હાથ વિચ લવે, ક્યોંકિ માયા દા વ્યવહાર હૈ, જે નામ જપા તે કમ કિવે કર, સાહેબ આ દિન કિની ના કીએ કાજ માયા કે પૂરે, ਇਹ ਕਦੋਂ ਪੂਰੇ ਹੁੰਦੇ ਹਨ? ਵਈ ਪ੍ਰਭ ਕੇ ਸਿਮਰਨ ਕਾਰਜ ਪੂਰੇ, ਇਹ ਪੂਰੇ ਕਾਰਜ ਹੋਣੇ ਨੇ ਉਦੋਂ ਜਦੋਂ ਕਰੇਗਾ ਪ੍ਰਭੂ ਦਾ ਸਿਮਰਨ, ਜਪੇਗਾ ਸ੍ਰੀ ਵਾਹਿਗੁਰੂ, ਕਿਉਂਕਿ ਜਿੰਨਾ ਚਿਰ ਪੁੰਨ ਨਾ ਵਧਣ ਕੁਛ ਨਹੀਂ ਬਣਦਾ। ਇੱਕ ਵਾਰੀ ਕਿਸਮਤ ਤੇ ਦੌਲਤ ਸੈਰ ਕਰਦੀਆਂ ਫਿਰਦੀਆਂ ਸਨ, ਕੋਈ ਗਰੀਬ ਵਿਚਾਰਾ ਜੰਗਲ ਵਿਚ ਲੱਕੜੀਆਂ ਲੈਣ ਆਇਆ, ਦੌਲਤ ਵੇਖ ਕੇ ਮੁਸਕਰਾਈ ਤੇ ਕਹਿਣ ਲੱਗੀ, ਕਿਸਮਤ ਨੂੰ ਦੇਖ, ਇਸ ਨੂੰ ਮੇਰੀ ਮਾਰ, ਇਹਨੂੰ ਮੇਰੀ ਮਾਰ ਹੈ, ਮੈਂ ਨਹੀਂ ਇਹਦੇ ਵੱਲ ਮੂੰਹ ਕੀਤਾ। ਤੇ ਵਿਚਾਰਾ ਦੇਖ ਲੈ, ਸਵੇਰੇ ਸਵੇਰੇ ਸਿਆਲੇ ਦੀ ਰੁੱਤ ਹੈ, ਜੰਗਲ ਚ ਲੱਕੜੀਆਂ ਵਾਸਤੇ ਭਟਕਦਾ। ਕਿਸਮਤ ਨੇ ਆਖਿਆ, ਨਹੀਂ ਦੌਲਤ, ਇਹਨੂੰ ਤੇਰੀ ਮਾਰ ਨਹੀਂ, ਇਹਨੂੰ ਮੇਰੀ ਮਾਰ, ਇਹਨੂੰ ਮੇਰੀ ਮਾਰ ਹੈ, ਤੇਰੀ ਨਹੀਂ। ਦੌਲਤ ਨੇ ਆਖਿਆ, ਕਿਵੇਂ? ਕਿਸਮਤ ਨੇ ਆਖਿਆ, ਜੇ ਮੈਂ ਇਸ ਦਾ ਸਾਥ ਦੇਵਾਂ ਤਾਂ ਤੂੰ ਇਸ ਦੇ ਘਰ ਪਾਣੀ ਭਰੇ। ਦੌਲਤ ਨੇ ਆਖਿਆ, ਅਨਹੋਣੀ ਕਰ, ਮੈਂ ਇਸ ਵੱਲ ਮੂੰਹ ਨਾ ਕਰਾਂ, ਤੂੰ ਕੀ ਕਰ ਲਵੇਂਗੀ, ਮੁਕਾਬਲਾ ਹੋ ਗਿਆ। ਦੌਲਤ ਨੇ ਆਖਿਆ, ਅੱਛਾ ਜੀ, ਮੈਂ ਚਾਹਵਾਂ ਇਸ ਨੂੰ ਪਲ ਵਿੱਚ ਮਾਲਾ ਮਾਲ ਕਰ ਸਕਦੀ। ਕਿਸਮਤ ਨੇ ਆਖਿਆ, ਕਰਕੇ ਦਿਖਾ। ਤਾਂ ਉਸਨੇ ਆਪਣੇ ਹੱਥ ਨਾਲ ਮੋਹਰਾਂ ਦੀ ਥੈਲੀ ਸਦਿਆ ਲੱਕੜਹਾਰੇ ਨੂੰ, ਓਏ ਗਰੀਬ ਕੰਗਲੇ ਮੁਤਾਜ, ਉਰੇ ਆ, ਦੌਲਤ ਰਾਣੀ ਤੇਰੇ ਉੱਤੇ ਪ੍ਰਸੰਨ ਹੋਈ ਆ, ਔਰ ਤੈਨੂੰ ਦਿੰਦੀ ਹੈ ਮੋਹਰਾਂ ਦੀ ਥੈਲੀ, ਜਾ ਤੈਨੂੰ ਮਾਲਾ ਮਾਲ ਕੀਤਾ, ਜਿਤਨੀਆਂ ਮੋਹਰਾਂ ਕੱਢ ਕੇ ਖਰਚੇਗਾ ਥੈਲੀ ਵਿੱਚ ਉਤਨੀਆਂ ਆਪੇ ਹੋਰ ਆ ਜਾਣਗੀਆਂ, ਥੈਲੀ ਮੁੱਕੇਗੀ ਨਹੀਂ। ਉਹ ਬੜਾ ਪ੍ਰਸੰਨ ਹੈ, ਬਾਰ ਬਾਰ ਸ਼ੁਕਰਾਨਾ ਗੁਜਾਰਿਆ, ਧੰਨਵਾਦ ਕੀਤਾ, ਮੋਹਰਾਂ ਦੀ ਥੈਲੀ ਲੈ ਕੇ ਘਰ ਨੂੰ ਚੱਲਿਆ। ਉਸ ਵੇਲੇ ਘਰ ਪਹੁੰਚਿਆ ਤੇ ਘਰ ਵਾਲੀ ਘਰ ਹੈ ਨਹੀਂ, ਦਰਵਾਜ਼ੇ ਨੂੰ ਲੱਗਿਆ ਤਾਲਾ, ਸੋਚਿਆ ਕਿਤੇ ਆਂਢ ਗੁਆਂਢ ਗਈ ਹੋਵੇਗੀ, ਬੁਲਾ ਲਿਆਵਾਂ, ਪਰ ਥੈਲੀ ਸੀ ਭਾਰੀ ਤੇ ਚੁੱਕ ਕੇ ਗਿਆ ਸੀ ਥੱਕ, ਉਹ ਥੜੀ ਤੇ ਰੱਖ ਦਿੱਤੀ। ਘਰਵਾਲੀ ਨੂੰ ਲੱਭਣ ਗਿਆ, ਪਿੱਛੋਂ ਗੁਆਂਢੀ ਨੇ ਵੇਖਿਆ ਮੋਹਰਾਂ ਦੀ ਥੈਲੀ, ਉਹਨੇ ਚੁੱਕ ਲਈ, ਜਾਂ ਪਰਤ ਕੇ ਆਇਆ ਤੇ ਥੈਲੀ ਕੋਈ। ਘਰਵਾਲੀ ਨੂੰ ਗੱਲ ਸੁਣਾਈ ਵੀ ਮਾਲਾ ਮਾਲ ਹੋ ਗਏ ਸਾਂ, ਪਰ ਫਿਰ ਕੰਗਲੇ ਰਹਿ ਗਏ, ਥੈਲੀ ਮੈਂ ਇੱਥੇ ਰੱਖ ਬੈਠਾ ਤੇ ਉਹ ਪਤਾ ਨੀ ਕਿਸੇ ਨੇ ਚੁੱਕ ਲਈ ਹੈ। ਅਗਲੇ ਦਿਨ ਫਿਰ ਜਦੋਂ ਲੱਕੜਾਂ ਲੈਣ ਗਿਆ, ਕਿਸਮਤ ਨੇ ਆਖਿਆ, ਦੇਖ ਦੌਲਤ ਰਾਣੀ, ਕੱਲ ਤੂੰ ਇਸ ਨੂੰ ਮਾਲਾ ਮਾਲ ਕੀਤਾ ਸੀ, ਅੱਜ ਇਹ ਮੁੜ ਲੱਕੜਾਂ ਲੈਣ ਆਇਆ। ਉਹਨੇ ਆਖਿਆ, ਮੈਂ ਪੁੱਛਦੀ ਕਿਉਂ ਲੱਕੜ ਹਾਰੇ, ਤੈਨੂੰ ਕੱਲ ਮੋਹਰਾਂ ਦੀ ਥੈਲੀ ਦਿੱਤੀ ਸੀ, ਅਖੇ ਜੀ ਗੁਆਚ ਗਈ, ਮੈਂ ਥੜੀ ਤੇ ਰੱਖੀ, ਮੁੜ ਪਤਾ ਹੀ ਨਾ ਲੱਗਾ ਕੌਣ ਲੈ ਗਿਆ। ਉਹਨੇ ਆਖਿਆ, ਕੋਈ ਬਾਤ ਨਹੀਂ, ਮੇਰੇ ਘਰ ਕੋਈ ਕਮੀ ਨਹੀਂ, ਮੈਂ ਤੈਨੂੰ ਹੋਰ ਕੁਛ ਦੇ ਸਕਦੀ। ਉਹਨੇ ਗਲੋਂ ਲਾ ਕੇ 9 ਲੱਖਾਂ ਹਾਰ ਦਿੱਤਾ, ਆਖਿਆ ਹੁਣ ਸੰਭਾਲ ਕੇ ਲੈ ਜਾ, ਇਹ 9 ਲੱਖ ਦਾ ਹਾਰ ਹੈ, ਜਾ ਮੈਂ ਤੈਨੂੰ ਲੱਖ ਪੱਜੀ। ਉਹਨੇ ਹਾਰ ਪੱਗ ਦੇ ਪੇਚ ਵਿੱਚ ਰੱਖ ਲਿਆ ਤੇ ਤੁਰ ਪਿਆ ਘਰ। ਰਸਤੇ ਵਿੱਚ ਇਲ ਨੇ ਦੇਖਿਆ, ਚਮਕਦੀ ਚੀਜ਼ ਨੂੰ ਇਲ ਬੜਾ ਦੂਰੋਂ ਦੇਖਦੀ, ਖਾਸ ਕਰਕੇ ਸੋਨੇ ਪੱਗ ਦੇ ਪੇਚ ਵਿੱਚ ਰੱਖਿਆ ਸੀ ਹਾਰ, ਇਲ ਨੇ ਝਪਟ ਮਾਰੀ, ਹਾਰ ਵੀ ਲੈ ਗਈ, ਪੱਗ ਵੀ ਲੈ ਗਈ। ਘਰ ਗਿਆ ਤਾਂ ਰੋਂਦਾ ਗਿਆ, ਘਰਵਾਲੀ ਨੂੰ ਆਖੀ, ਅੱਜ ਮੁੜ ਬਹੁਤ ਕੁਝ ਮਿਲਿਆ ਸੀ ਪਰ ਕੁਛ ਨਹੀਂ ਰਿਹਾ, ਪੱਲੇ ਕੱਲ ਥੈਲੀ ਗੁਆਚ ਗਈ ਸੀ, ਅੱਜ ਹਾਰ ਚਲਾ ਗਿਆ। ਤੀਜੇ ਦਿਨ ਫਿਰ ਲੱਕੜੀਆਂ ਲੈਣ ਗਿਆ ਤਾਂ ਕਿਸਮਤ ਨੇ ਆਖਿਆ, ਦੇਖ ਦੌਲਤ, ਇਹ ਉਹੀ ਨਹੀਂ ਇਹਨੂੰ ਪਰਸੋਂ ਥੈਲੀ ਦਿੱਤੀ, ਕੱਲ ਹਾਰ ਦਿੱਤਾ, ਅੱਜ ਮੁੜ ਲੱਕੜੀਆਂ ਲੈਣ ਆਇਆ। ਉਹਨੇ ਦੇਖਿਆ, ਹੈ ਤਾਂ ਉਹੀ,
पुछिया तेरे नाल की बीती, उन्हें आखिया कुछ ना पूछ अके फिर भी, उन्हें फिर सारी गल सुनाई। हर मैं पग दे पेट च रख लिया ते इल चपट मार के लै गई। दौलत ने आखिया कोई डर नहीं, मेरे कोल बहुत कुछ है, ये दो बार खाली गए हन तां तीजा सही। उन्हें दिता एक हार हीरा, आखिया हुण संभाल के लै जा, ये कीमती लाल है, बड़ी कीमत पवेगी, किसे जवारी नु दिखाई जा। लाल नु उसने अगले को जीव च पा लिया ते उत्ते हथ रख के, भई हुण घर जान तक तेनू इथे ही नपी रखी। पर रात च लगी प्यास, सामने सी छप्पड़, गुट पानी दा पी लवा ते भुख भरन वास्ते दोवे हथ कठे करने सन। ओ बोझे तो हथ चुकिया, भुख बनाया पानी पीन वास्ते, जिस वेले चुकिया तां बोझे चो लाल पानी में जा गया। बड़ी टोल भाल कीती लाल ना लंबा, चौथे दिन जदों फिर गया तां दौलत ने मुंह मोड़ लिया। आखिया तैनू तां जो कुछ मैं देनी आ तू गवा के आ जा, मैं तेरे वास्ते कुछ नहीं कर सकता। ओ निराशा होके रो के बिचारा वापस होने लगा। किस्मत ने आखिया ठहर जा, अजे मैं तैनू कुछ नहीं दिता, इने तीन बार तेनू माला माल कीता, तेरे कोल कख नहीं रहा, आ एक टका मेरे कोल ले, एक टका। दौलत मुस्कुराई, इतना कुछ दिता है, कुछ नहीं बनिया, टके नाल की बनेगा, डंग दी रोटी भी नहीं जुड़ती। किस्मत ने आखिया तू टके दी करामात तां वेख, एक किस्मत दा टका है, किस्मत दे रही है। टका उसने ले लिया, रस्ते च ख्याल आया की मिलेगा एक टके दा, चलो भुख लगी है मछली ले चल दे, रोटी ना परसों पकाई है ना कल ना अज पकनी, आ मछलियां पिया वेच ले। क्यों भई एक मछली किन्ने दी, उन्हें आखिया टके दी, टका दिता ते मछली ले ली। राह विच सोचिया कुछ बालन भी लैंदा चलना, कुछ लकड़ियां कठियां कीतियां पर कुछ छोटियां, बारीक लकड़ां भी लै चलना, अग छेती बलेगी। उतां जो निगाह गई तां इल दा आलना वेखिया, सोचिया आ सुके कख हन, चढ़ गया उसे वृक्ष दे, किस वेले पहुंचिया आलने तक ते की वेखिया, विच पग भी पई है ते हार भी पिया, पग सिर ते बधी, हार गल पा लिया ते उतरे आया। घर आ रहा है, रस्ते विच आखी आउंदा घरवाली ने, ना लैके वाजा मार मार के ब्याखदा, जड़ी शह गवाच गई सी टप गई आ, तू फिक्र ना कर। गुवांढी ने सुनिया शायद इसनू पता लग गया भी मोरा मैं चुराइया, ताइये दूरों पे आखदा भी लभ गई है चीज, तू फिक्र ना कर, खबरे पुलिस लई आउंदा होवे, किते ऐसा ना होवे मेरे घरों मोरा बरामद हो जावन। ओ कोठे ने चढ़िया ते ओदे वेहड़े वेड़े विच थाली थैली वगा मर, अंदर वड़िया तां घर मोरा पई चुनदी है घर वाली, कित्थों आईयां ने अगे मीह वसिया, आ थैली तां ओदी है। दो चीजां मिल गईयां, थैली भी आ गई है, हार भी आ गया है घर। आखे हुण भुख लगी है, छेती कर, आ मछली लियाया इनू छेती बुन दे ते फिर इना मोरा नू किसे पासे लाउंदे। जिस वेले उन्हें उस मछली दा पेट पाड़िया, पेट चीरिया ते विचों ओ लाल निकले, क्योंकि तालाब विच पानी पींदियां लाल डिग्गा सी, ओ मछली निकल गई। किस्मत ने दौलत नूं पुछिया किवें खड़ोती है, उन्हें आखिया इस वास्ते खड़ोती हां, अज ओ लकड़हारा आवेगा उन्हूं पुछांगी टके दा की बने। उन्हें आखिया हुण आया, हुण किथे आउंदा, हुण ते माला माल हो गया, तू की समझदी है आपनूं। उन्हें आखिया किस तरह, अके लाल भी ओदे कोल है, हार भी ओदे कोल है, मोरां दी थैली भी ओदे पास है। आखिया मैं किवें मन्ना के चल अखी वेख लै। दोवें आईयां, दौलत ने वेख्या ते हैरान होई,
ਪੁੱਛੀ ਉਸ ਇਹ ਸਭ ਕੁਝ ਕਿਵੇਂ ਮਿਲ ਗਿਆ ਜੀ? ਉਹਨੇ ਆਖਿਆ ਇੱਕ ਟਕੇ ਦੀ ਬਰਕਤ ਹੈ। ਤੇ ਉਹ ਟਕਾ ਕਿਸ ਦਾ ਸੀ? ਕਿਸਮਤ ਦਾ। ਕਿਸਮਤ ਦੇ ਇੱਕ ਟਕੇ ਨਾਲ ਇਹ ਸਭ ਕੁਝ ਬਣ ਗਿਆ ਤੇ ਤੇਰੇ ਦਿੱਤਿਆਂ ਕੱਖ ਨਹੀਂ ਬਣੇ। ਕਿਸਮਤ ਨੇ ਆਖਿਆ ਦੇਖ ਦੌਲਤ ਜਿਹਦੇ ਵੱਲ ਮੈਂ ਹੁੰਦੀ ਹਾਂ ਤੂੰ ਉਸਦੇ ਘਰ ਪਾਣੀ ਭਰਦੀ। ਤੇ ਦੌਲਤ ਨੇ ਪੁੱਛਿਆ ਤੇ ਤੂੰ ਕਿਵੇਂ ਨਿਹਾਲ ਹੁੰਦੀ ਹੈ? ਉਹਨੇ ਆਖਿਆ ਮੈਂ ਤਾਂ ਗੁਲਾਮ ਉਸਦੀ ਹਾਂ ਜਿਹੜਾ ਉਸ ਮਾਲਕ ਨੂੰ ਜਪਦਾ। ਮੈਂ ਸਦਾ ਉਸਦੇ ਵੱਲ ਰਹਿੰਦੀ ਜਿਹੜਾ ਸਵੇਰੇ ਉੱਠਦਾ ਇਸ਼ਨਾਨ ਕਰਦਾ ਮਹਾਂਪੁਰਖਾਂ ਦੀ ਚਰਨੀ ਲੱਗਦਾ ਔਰ ਜਪਦਾ ਸ੍ਰੀ ਵਾਹਿਗੁਰੂ। ਇਹ ਕਿਸਮਤ ਪਿੱਛੋਂ ਨਹੀਂ ਆਉਂਦੀ, ਸਭ ਕੋਈ ਆਪਣੀ ਆਪ ਬਣਾਉਂਦਾ। ਦਿੱਤਾ ਲਈਏ ਆਪਣਾ, ਅਣ ਦਿੱਤੇ ਕੁਝ ਹੱਥ ਨਾ। ਇਹ ਸਾਚ ਧਰਮ ਪੁਨ ਫਲਿਆ ਕਦੋਂ? ਸੋ ਪ੍ਰਭ ਆਪਣਾ ਸਦਾ ਦਿਆਈਐ ਸੋਵਤ ਬੈਸਤ ਖਲਿਆ। ਖੜੋਤਿਆਂ ਸੁਤਿਆਂ ਬੈਠਿਆਂ ਜਿਨ੍ਹਾਂ ਨੇ ਜਪਿਆ ਬਈ ਉਹਨਾਂ ਦਾ ਸਾਚ ਧਰਮ ਪੁਨ ਇਤਨਾ ਫਲਿਆ ਕਿ ਛਾਇਆ ਪ੍ਰਭ ਛਤਰਪਤ ਕੀ ਸਗਲੀ ਤਪਤ ਬਿਲਾਸੀ ਰਾਮ। ਦੁੱਖ ਪਾਪ ਕਾ ਡੇਰਾ ਡਾਠਾ ਕਾਰਜ ਆਇਆ ਰਾਸੀ ਰਾਮ। ਤੂੰ ਕਿਸਮਤ ਬਣਾ ਆਪਣੇ ਪੁਨ ਵਧਾ, ਤੂੰ ਮਾਇਆ ਦੇ ਮਗਰ ਫਿਰਨਾ ਮਾਇਆ ਕਲੀ ਕੀ ਕਰ ਲਏਗੀ? ਸਹਿਭਾਗਜਨ ਤੇਰੀ ਮਤ ਉਹੀ ਹੈ ਤੋਤੇ ਵਾਲੀ, ਉਹ ਮੁੱਠ ਨਹੀਂ ਛੱਡਣੀ ਤੇ ਸਾਰੀ ਉਮਰ ਦਾ ਕੈਦੀ ਹੋ ਜਾਣਾ। ਜਿਉਂ ਨਲਨੀ ਸੂਅਟ ਆ ਗਏ ਹੋ ਮਨ ਬਹੁ ਰਾਰੇ, ਮਾਇਆ ਇਉਂ ਵਿਵਹਾਰ ਇਹ ਜੈਸਾ ਰੰਗ ਕਟੁੰਬ ਕਾ ਮਨ ਬਹੁ ਰਾਰੇ, ਕਿਉਂ ਪਸਰਿਓ ਪਸਾ। ਇਹ ਕਸੁੰਬੇ ਦਾ ਜਿਹੜਾ ਰੰਗ ਹੈ ਨਾ, ਝੂਠਾ ਰੰਗ ਬਦ ਰੰਗ, ਪਾਣੀ ਪੈ ਗਿਆ ਤਾਂ ਡੱਬ ਪੈ ਗਏ, ਦੁੱਪੇ ਰੱਖਿਆ ਤਾਂ ਉੱਡ ਗਿਆ। ਇਹ ਤਾਂ ਮਾਇਆ ਇਸ ਤਰ੍ਹਾਂ ਆਉਂਦੀ ਹੈ ਦੁਸ਼ਮਣ ਨਾਲ ਲਿਆਉਂਦੀ। ਚੋਰਾਂ ਦੀ ਨਿਗਾਹ ਵਿੱਚ ਆ ਗਈ ਹੈ, ਡਾਕੂਆਂ ਨੇ ਇਸੇ ਵੱਲ ਤੱਕਿਆ। ਸਾਧ ਸੰਗਤ ਬੋਲੋ ਸ੍ਰੀ ਵਾਹ। ਜੇ ਇੱਕ ਧਰਮ ਪਹਿਰੇਦਾਰ ਨਾ ਹੋਵੇ ਬੰਦੇ ਕੋਲ ਕੱਖ ਵੀ ਨਾ ਰਹੇ, ਪਰ ਜਿਨ੍ਹਾਂ ਦਾ ਪਹਿਰੇਦਾਰ ਤਕੜਾ, ਜਿਨ੍ਹਾਂ ਕੋਲ ਧਰਮ ਹੈ, ਉਹਨਾਂ ਕੋਲ ਆਏ ਸੁੱਖ ਸਦਾ ਸਲਾਮਤ ਰਹਿੰਦੇ। ਨਹੀਂ ਤੇ ਸੁੱਖ ਆਉਂਦੇ ਹਨ ਪਰ ਆ ਕੇ ਦਾਗ ਦੇ ਜਾਂਦੇ ਹਨ, ਚਲੇ ਜਾਂਦੇ। ਤਾਂ ਕਬੀਰ ਜੀ ਆਖਦੇ ਨੇ ਗਏ ਹੋ ਨਾ ਰਾਮ ਜਹਾ, ਤੂੰ ਮਾਇਆ ਦੇ ਮਗਰ ਲੱਗ ਕੇ ਸਾਈ ਵੀ ਸਾਰ ਬੈਠ ਕਿਵੇਂ ਛੁੱਟੇਗਾ? ਇਹ ਤਾਂ ਚਾਰ ਦਿਨ ਦਾ ਜੀਵਨਾ ਹੈ, ਚਾਰ ਦਿਨ ਦੀ ਜ਼ਿੰਦਗੀ ਹੈ, ਔੜਖ ਤਾਂ ਉੱਥੇ ਹੀ ਜਾਣੇ ਨਾ ਬਈ। ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣ, ਉਸ ਜਾ ਨੂੰ ਸੰਭਾਲਣ ਵਾਸਤੇ ਮਹਾਂਪੁਰਖਾਂ ਨੇ ਆਪਣੀਆਂ ਜ਼ਿੰਦਗੀਆਂ ਲਾ ਦਿੱਤੀਆਂ, ਸਾਰਾ ਜੀਵਨ ਲਾ ਦਿੱਤਾ ਇਸੇ ਪਾਸੇ। ਸਾਰੀ ਸਾਰੀ ਰਾਤ ਜਾਗ ਕੇ ਬਾਬਾ ਜੀ ਨੇ ਰਾਤੀ ਕੇਸ ਬਨ ਬਨ ਤਪੱਸਿਆ ਕੀਤੀ ਤੇ ਤਾਂ ਅਭਿੱਧਤਾ ਪਾਈ। ਸਾਧ ਸੰਗਤ ਬੋਲੋ ਸ੍ਰੀ ਨਾਮਨ ਕੋ ਤੀਰਥ ਗਣੇ ਮਨ ਬਹੁ ਰਾਰੇ, ਪੂਜਨ ਕੋ ਬਹੁ ਦੇਵ ਕਹਿ ਕਬੀਰ ਛੂਟਣ ਨਹੀਂ ਮਨ ਬਹੁ ਰਾਰੇ। ਕਿਵੇਂ ਛੁੱਟੇਗਾ ਅੱਗੇ ਛੂਟਣ ਹਰ ਕੀ ਸੇਵ, ਨਾਮ ਜਪ ਕੇ ਨਾਮ ਦਾ ਜਹਾਜ਼ ਜਾ ਰਿਹਾ ਬਈ ਚੜ ਜਾ।